ਨਮਸਕਾਰ ਖਬਰਾਂ ਦੇ ਇਸ ਬੁਲਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਨੂੰ ਪਹਿਲਾ ਪੇਸ਼ ਨੇ 24 ਖਬਰਾਂ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਹਿਤ 10 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 92 ਸੀਟਾਂ ਤੇ VOTING ਪਲਕੇ ਚੌਥੇ ਗੇੜ ਲਈ ਚੋਣ ਪ੍ਰਚਾਰ ਤੇਜ਼ ਚੋਣ ਕਮਿਸ਼ਨ ਪਲਕੇ 6ਵੇਂ ਤੇ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਜਾਰੀ ਕਰੇਗਾ ਨੋਟੀਫਿਕੇਸ਼ਨ ਪੰਜਾਬ ਸਮੇਤ ਸਤੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 57 ਸੀਟਾਂ ਲਈ 1 ਜੂਨ ਨੂੰ ਪੈਣਗੀਆਂ ਵੋਟਾਂ। ਸੀਆਈਐਸਸੀਈ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 10ਵੀਂ ਵਿੱਚ 99.47 ਅਤੇ 12ਵੀਂ ਜਮਾਤ ਦੀਆਂ 98.19% ਵਿਦਿਆਰਥੀ ਪਾਸ। ਭਾਰਤੀ ਮਹਿਲਾਵਾਂ ਦੀ 4x400 ਮੀਟਰ ਰਿਲੇ ਟੀਮ ਨੇ ਪੈरिस 올림픽 ਲਈ ਕੀਤਾ ਕੁਆਲੀਫਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਪਲਕੇ ਵੋਟਾਂ ਭਵਾਈਆਂ ਜਾਣਗੀਆਂ ਚੋਣਾਂ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਚੋਣਾਂ ਲਈ ਖੁੱਲੇ ਪ੍ਰਚਾਰ ਦਾ سلسلہ ਕੱਲ੍ਹ ਸ਼ਾਮ ਥੰਮ ਗਿਆ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਜਲਸਿਆਂ ਰੈਲੀਆਂ ਅਤੇ ਲੋਟ ਸ਼ੋਅ ਬੰਦ ਕਰ ਦਿੱਤੇ ਗਏ ਅਤੇ ਘਰੋ ਘਰੀ ਜਾ ਕੇ ਵੋਟਰਾਂ ਨਾਲ ਸੰਪਰਕ ਕਰਨ ਦਾ ਕੰਮ ਸ਼ੁਰੂ ਹੋ ਗਿਆ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਮਤਦਾਨ ਵਾਲੇ ਹਲਕਿਆਂ ਵਿੱਚ ਬਾਰੀ ਵਿਅਕਤੀਆਂ ਨੂੰ ਹਲਕੇ ਛੱਡਣ ਦੀ ਹਦਾਇਤ ਕੀਤੀ ਗਈ ਹੈ ਪਲਕੇ ਤੀਜੇ ਗੇੜ ਤਹਿਤ 10 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 92 ਪਾਲੀ ਨੀ ਸੀਟਾਂ ਤੇ ਵੋਟਾਂ ਪੁਆਈਆਂ ਜਾਣਗੀਆਂ ਜ਼ਿਕਰਯੋਗ ਹੈ ਕਿ ਅਨੰਤਨਾਗ ਰਾਜੌਰੀ ਸੀਟ ਲਈ ਵੋਟਾਂ ਹੁਣ 6ਵੇਂ ਗਿੜ ਦੌਰਾਨ ਪੁਆਈਆਂ ਜਾਣਗੀਆਂ ਅਤੇ ਗੁਜਰਾਤ ਦੀ ਇੱਕ ਪਾਰਲੀਮਾਨੀ ਸੀਟ ਤੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ ਤੇ ਜੇਗੜ ਦੀਆਂ ਵੋਟਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜੋਤੀਰਾ ਦਿਤੀਆ ਸਿੰਧਿਆ ਮਨਸੂਖ ਮੰਡਵਿਆ परशोतम रूपाला प्रलाद जोशी एसपी सिंह बघेल मध्य प्रदेश ਦੇ ਸਾਬਕਾ ਮੁੱਖ ਮੰਤਰੀ शिवराज ਸਿੰਘ चौहान ਤੇ ਦਿਗਵਿਜੇ ਸਿੰਘ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਬਸਰੂद्दीन ਅਜਮਲ ਵਰਗੇ ਵੱਡੇ ਆਗੂਆਂ ਦੇ ਕਿਸਮ ਦਾ ਫੈਸਲਾ ਵੀ ਹੋਵੇਗਾ ਭਲਕੇ ਜਿਹੜੇ ਪਾਰਲੀਮੈਂਟ ਦੀਆਂ ਹਲਕਿਆਂ ਵਿੱਚ ਵੋਟਾਂ ਪਵਾਈਆਂ ਜਾਣੀਆਂ ਨੇ ਉਹਨਾਂ ਵਿੱਚ ਗੁਜਰਾਤ ਦੀਆਂ 25 ਕਰਨਾਟਕ ਦੀਆਂ 14 ਮਹਾਰਾਸ਼ਟਰ ਦੀਆਂ 11 ਉੱਤਰ ਪ੍ਰਦੇਸ਼ ਦੀਆਂ 10 ਮੱਧ ਪ੍ਰਦੇਸ਼ ਦੀਆਂ 9 ਛਤੀਸਗੜ੍ਹ ਦੀਆਂ 7 ਬਿਹਾਰ ਦੀਆਂ 5 ਅਸਾਮ ਅਤੇ ਪੱਛਮੀ ਬੰਗਾਲ ਦੀਆਂ 4-4 ਅਤੇ ਵਾ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ ਦੀਆਂ ਦੋ ਦੋ ਸੀਟਾਂ ਸ਼ਾਮਲ ਨੇ ਤੀਜੇ ਗੇੜ ਦੀਆਂ ਚੋਣਾਂ ਦਾ ਖੁੱਲਾ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਚੋਣਾਂ ਦੇ ਚੌਥੇ ਗੇੜ ਲਈ ਚੋਣ ਪ੍ਰਚਾਰ ਵਿੱਚ ਰੁੱਝੀਆਂ ਨੇ ਹੁਣ ਚੌਥੇ ਗੇੜ ਲਈ ਚੋਣ ਪ੍ਰਚਾਰ ਵਿੱਚ ਤੇਜ਼ੀ ਆ ਗਈ ਹੈ ਤੇ ਸਿਆਰੀ ਸਿਆਸੀ ਪਾਰਟੀਆਂ ਲਗਾਤਾਰ ਚੋਣ ਰੈਲੀਆਂ ਮੀਟਿੰਗਾਂ ਤੇ ਰੋਡ ਸ਼ੋਅ ਕਰ ਰਹੀਆਂ ਨੇ ਇਸ ਗੇੜ ਵਿੱਚ 13 ਮਈ ਨੂੰ 10 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 96 ਪਾਰਲੀਮੈਂਟਨੀ ਸੀਟਾਂ ਤੇ ਵੋਟਾਂ ਪਵਾਈਆਂ ਜਾਣਗੀਆਂ ਅਤੇ ਇਸ ਗੇੜ ਵਿੱਚ 1717 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਲੋਕ ਸਭਾ ਚੋਣਾਂ ਦੇ ਸਤਵੇਂ ਅਤੇ ਆਖਰੀ ਪੜਾ ਲਈ ਨੋਟੀਫਿਕੇਸ਼ਨ ਭਲਕੇ ਜਾਰੀ ਕੀਤਾ ਜਾਵੇਗਾ ਇਸ ਗੇੜ ਵਿੱਚ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਲਈ ਚੋਣਾ ਹੋਣਗੀਆਂ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ 13 13 ਪੱਛਮੀ ਬੰਗਾਲ ਦੀਆਂ 9 ਬਿਹਾਰ ਦੀਆਂ 18 ਉੜੀਸਾ ਦੀਆਂ 6 ਹਿਮਾਚਲ ਪ੍ਰਦੇਸ਼ ਦੀਆਂ 4 ਅਤੇ ਚਾਰਖੰਡ ਦੀਆਂ 3 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਲਈ ਸਤਵੇਂ ਤੇ ਆਖਰੀ ਪੜਾ ਲਈ મતદાન ਹੋਵੇਗਾ ਨਾਮਜ਼ਦਗੀ ਕਾਗਜ਼ 14 ਮਈ ਤੱਕ ਦਾਖਲ ਕੀ ਜਾ ਸਕਦੇ ਨੇ ਇਸ ਗੇੜ ਲਈ VOTING 1 ਜੂਨ ਨੂੰ ਹੋਵੇਗੀ ਦੇਸ਼ ਦੀਆਂ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ 14 ਮਈ ਨੂੰ ਵਾਰਾਨਸੀ ਲੋਕ ਸਭਾ ਪਾਰਲੀਮੈਂਟੀ ਹਲਕੇ ਤੋਂ ਆਪਣੀ ਨਾਮਜ਼ਦਗੀ ਕਾਗਜ਼ ਪਰਨਗੇ ਇਸ ਤੋਂ ਪਹਿਲਾਂ 13 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਇੱਕ ਰੋਡ ਸ਼ੋਅ ਕਰਨਗੇ ਜਿਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਰੋਡ ਸ਼ੋਅ ਦਾ ਰੂਟ ਵੀ ਤੈ ਕਰ ਲਿਆ ਗਿਆ ਏ ਉਧਰ ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ ਵਾਰਾਨਸੀ ਪਾਰਲੀਮੈਂਟੀ ਹਲਕੇ ਤੋਂ ਸੂਬੇ ਦੇ ਮੁਖੀ ਅਜੇ ਰਾਏ ਅਤੇ ਬਹੁਜਨ ਸਮਾਜ ਪਾਰਟੀ ਨੇ ਅਥਰ ਜਮਨ ਲਾਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਏ ਵਾਰਾਨਸੀ ਵਿੱਚ ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਗੇੜ ਵਿੱਚ 1 ਜੂਨ ਨੂੰ મતદાન ਹੋਵੇਗਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਥਾਪਿਤ ਕੀਤੇ ਗਏ ਗਿਣਤੀ ਕੇਂਦਰਾਂ ਤੇ ਸਟਰੋਂਗ ਰੂਮਾਂ ਦਾ ਨਿਰੀਖਣ ਕੀਤਾ। ਉਹਨਾਂ ਅਧਿਕਾਰੀਆਂ ਨੂੰ VOTING ਮਸ਼ੀਨਾਂ ਦੀ ਪੂਰੀ ਸੁਰੱਖਿਆ ਅਤੇ ਗਿਣਤੀ ਵਾਲੇ ਦਿਨ ਵੋਟਾਂ ਦੀ ਪਾਰਦਰਸ਼ੀ ਢੰਗ ਨਾਲ ਗਿਣਤੀ ਸੰਬੰਧੀ ਲੋੜਿੰਦੇ ਦਿਸ਼ਾ ਨਿਰਦੇਸ਼ ਦਿੱਤਾ। ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਲਈ ਦੋ ਥਾਵਾਂ ਤੇ ਗਿਣਤੀ ਕੇਂਦਰ ਬਣਾਏ ਗਏ ਨੇ। ਦੇਸ਼ ਦੀਆਂ ਵਕਫਾ ਯੂਨੀਵਰਸਿਟੀਆਂ ਦੇ ਉਪਕੁਲਪਤੀਆਂ ਨੇ ਰਾਹੁਲ ਗਾਂਧੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਪਕੁਲਪਤੀਆਂ ਅਤੇ ਸਿੱਖਿਆ ਵਿਦਵਾਨਾਂ ਨੇ ਰਾਹੁਲ ਗਾਂਧੀ ਵੱਲੋਂ ਯੂਨੀਵਰਸਿਟੀਆਂ ਲਈ ਕੁਲਪਤੀਆਂ ਦੀ ਚੋਣ ਬਾਰੇ ਕੀਤੇ ਗਏ ਦਾਅਵਿਆਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕੁਲਪਤੀਆਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ BRS ਨੇਤਾ ਕੇ ਕਵਿਤਾ ਨੂੰ ਅਦਾਲਤ ਤੋਂ ਇੱਕ ਹੋਰ ਝਟਕਾ ਲੱਗਾ ਹੈ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਕੇ ਕਵਿਤਾ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਅਦਾਲਤ ਨੇ CBI ਅਤੇ ED ਦੋਵਾਂ ਕੇਸਾਂ ਵਿੱਚ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਹੈ ਸਪੈਸ਼ਲ ਜੱਜ ਕਵੇਰੀ ਬਵੇਜਾ ਨੇ ਅੱਜ ਇਹ ਫੈਸਲਾ ਸੁਣਾਇਆ CISCE ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਇਸ ਸਾਲ ਇਨ੍ਹਾਂ ਪ੍ਰੀਖਿਆਵਾਂ ਵਿੱਚ ਰਿਕਾਰਡ ਗਿਣਤੀ ਵਿੱਚ ਵਿਦਿਆਰਥੀ ਪਾਸ ਹੋਏ ਨੇ 10ਵੀਂ ਜਮਾਤ ਵਿੱਚ 99.47% ਵਿਦਿਆਰਥੀ ਪਾਸ ਹੋਏ ਨੇ ਜਦਕਿ 12ਵੀਂ ਜਮਾਤ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 98.19% ਹੈ CISCE ਅਤੇ ਇਨ੍ਹਾਂ ਨਤੀਜਿਆਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਲਿੰਕ ਨੂੰ ਐਕਟਿਵ ਕਰ ਦਿੱਤਾ ਹੈ BSF ਖੂਫੀਆ ਵਿੰਗ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਡਰੋਨ ਦੀ ਮੌਜੂਦਗੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ BSF ਨੇ ਸ਼ੱਕੀ ਇਲਾਕੇ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਅਤੇ ਪਿੰਡ ਰਤਨਖੁਰਦ ਨਾਲ ਲੱਗਦੇ ਇੱਕ ਵੱਡੀ ਵਾਲੇ ਖੇਤਰ ਵਿੱਚੋਂ ਟੁੱਟਾ ਇੱਕ ਡਰੋਨ ਬਰਾਮਦ ਕੀਤਾ ਇਹ ਡਰੋਨ ਚੀਨਾਂ ਦਾ ਬਣਿਆ ਹੋਇਆ ਹੈ ਪਰੋਸੀਮਨ ਜਾਣਕਾਰੀ ਅਤੇ ਡਿਊਟੀ ਨਿਭਾਉਣ ਵਾਲੇ BSF ਦੇ ਜਵਾਨਾਂ ਨੇ ਹੈਂਡਲਾਂ ਵੱਲੋਂ ਭੇਜੇ ਗਏ ਇੱਕ ਡਰੋਨ ਨੂੰ ਮੋੜ ਸਫਲਤਾਪੂਰਵਕ ਬਰਾਮਦ ਕੀਤਾ ਹੈ ਭਾਰਤੀ ਔਰਤਾਂ ਦੀ 4x400 ਮੀਟਰ ਰੇਲ ਟੀਮ ਨੇ ਬਹਾਮਾਸ ਵਿੱਚ ਵਿਸ਼ਵ ਐਥਲੈਟਿਕਸ ਦੇ ਰਿਲੇ ਵਿੱਚ ਦੂਜੇ ਦੌਰ ਵਿੱਚ ਦੂਜੇ ਸਥਾਨ ਪ੍ਰਾਪਤ ਕਰਕੇ ਪੈरिस 올림픽 ਲਈ ਕੁਆਲੀਫਾਈ ਕਰ ਲਿਆ ਹੈ। ਰੁਪਲ ਚੌਧਰੀ, ਐਮ.ਆਰ. ਪੁਵਮਾ, ਜੋਤਿਕਾ ਸ਼੍ਰੀਡਾਂਡੀ ਅਤੇ ਸੁਬਾ ਵੈਂਕਟੇਸ਼ਨ ਨੇ ਭਾਰਤੀ ਚੌਕੜੀ ਨੇ 3 ਮਿੰਟ ਅਤੇ 29.35 ਸੈਕਿੰਡ ਵਿੱਚ ਦੂਜੇ ਸਥਾਨ ਹਾਸਲ ਕੀਤਾ। ਜਮਾਇਕਾ ਦੀ ਟੀਮ ਪਹਿਲੇ ਸਥਾਨ ਤੇ ਰਹੀ। ਭਾਰਤ ਨੂੰ ਇਸ ਸਾਲ 3 ਅਕਤੂਬਰ ਤੋਂ 20 ਅਕਤੂਬਰ ਤੱਕ ਬੰਗਲਾਦੇਸ਼ ਵਿੱਚ ਹੋਣ ਵਾਲੇ ਮਹਿਲਾ T20 ਵਿਸ਼ਵ ਕੱਪ ਲਈ ਸਾਬਕਾ ਚੈਂਪੀਅਨ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਦੇ ਨਾਲ ਗਰੁੱਪ A ਵਿੱਚ ਜਗ੍ਹਾ ਮਿਲੀ ਹੈ। ਭਾਰਤ ਦੇ ਸਾਰੇ ਗਰੁੱਪ ਮੈਚ ਸਿਲਹਟ ਵਿੱਚ ਖੇਡੇ ਜਾਣਗੇ। ICC ਵੱਲੋਂ ਐਲਾਨੇ ਨਵੇਂ ਮਹਿਲਾ T20 ਵਿਸ਼ਵ ਕੱਪ ਦੇ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਆਪਣੇ ਮੁਹਿੰਮ ਦੀ ਸ਼ੁਰੂਆਤ 4 ਅਕਤੂਬਰ ਨੂੰ ਨਿਊਜ਼ੀਲੈਂਡ ਖਿਲਾਫ ਮੈਚ ਨਾਲ ਕਰੇਗੀ, ਜਦਕਿ 6 ਅਕਤੂਬਰ ਨੂੰ ਭਾਰਤੀ ਟੀਮ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ भिੜੇਗੀ। ਟੀਮ ਆਪਣਾ ਆਖਰੀ ਗਰੁੱਪ ਮੈਚ ਅਕਤੂਬਰ ਨੂੰ 6 ਵਾਰ ਦੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਖੇਡੇਗੀ ਆਈਸੀਸੀ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਹਰ ਇੱਕ ਟੀਮ ਚਾਰ ਗਰੁੱਪ ਮੈਚ ਖੇਡੇਗੀ ਅਤੇ ਹਰ ਇੱਕ ਮੈਚ ਵਿੱਚ ਸਿਖਰ ਲੀਆਂ ਦੋ ਟੀਮਾਂ 20 ਅਕਤੂਬਰ ਨੂੰ ਟਾਕਾ ਵਿੱਚ ਹੋਣ ਵਾਲੇ ਫਾਈਨਲ ਤੋਂ ਪਹਿਲਾਂ 17 ਤੇ 18 ਅਕਤੂਬਰ ਨੂੰ ਸੈਮੀਫਾਈਨਲ ਖੇਡਣਗੀਆਂ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਉੱਤਰ ਪਾਰ ਦੇ ਕਈ ਹਿੱਸਿਆਂ ਵਿੱਚ ਗਰਮੀ ਦਾ ਵੱਧ ਰਿਹਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਭਾ ਦੇ ਅਜੇ 5 ਪੜਾਅ ਬਾਕੀ ਨੇ ਅਤੇ ਬਾਦਰੀ ਗਰਮੀ ਦਾ ਅਸਰ ਲੋਕ ਸਭਾ ਚੋਣਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਐਮ ਮਹਾਪਾਤਰ ਨੇ ਕਿਹਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਦੇਸ਼ ਵਿੱਚ ਗਰਮੀ ਅਤੇ ਲੂ ਦੀ ਤੀਬਰਤਾ ਲਗਾਤਾਰ ਵੱਧ ਰਹੀ ਹੈ ਅਤੇ ਮਈ ਦੌਰਾਨ ਦੇਸ਼ ਦੇ 15 ਸੂਬਿਆਂ ਵਿੱਚ ਲੂਦ ਦਿਨ ਔਸਤ ਤੋਂ ਵੱਧ ਰਹਿਣ ਦਾ ਅਦਾਜ਼ਾ ਹੈ। ਉਹਨਾਂ ਨੇ ਦੱਸਿਆ ਹੈ ਕਿ ਉਹ ਹਰ ਰੋਜ਼ ਚੋਣ ਕਮਿਸ਼ਨ ਨੂੰ ਜਾਣਕਾਰੀ ਦੇ ਰਹੇ ਨੇ ਤਾਂ ਜੋ ਇਸ ਦੇ ਮੱਦੇ ਨਜ਼ਰ ਚੋਣ ਕਮਿ ਕਰੇ ਨੇ ਮੌਸਮ ਵਿਭਾਗ ਨੇ 8 ਮਈ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ ਦੀ ਵਿਕਵਾਨੀ ਕੀਤੀ ਹੈ ਪਰ 9 ਮਈ ਤੋਂ ਬਾਅਦ ਮੌਸਮ ਬਦਲਣ ਦੀ ਸੰਭਾਵਨਾ ਹੈ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਪੌਣਾ ਦੇ ਮੁਰਤੂ ਸਰਗਰਮ ਹੋਣ ਕਰਕੇ 11 ਮਈ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿ ਸਕਦੇ ਨੇ ਅਤੇ ਕਿਤੇ ਕਿਤੇ ਬੂੰਦਾਬਾਨ ਦੀ ਵੀ ਹੋ ਰਹੀ ਹੈ ਖਬਰਾਂ ਦੇ ਬੁਲਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter handle X ਤੇ ਵੀ ਦੇਖ ਸਕਦੇ ਨੇ ਇਸਦੇ ਨਾਲ ਹੀ ਖਬਰਾਂ ਬੁਲਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ